ਬੀਐਸਐਫ ਵੱਲੋਂ ਫਿਰੋਜ਼ਪੁਰ ਵਿੱਚ ਮੱਸਾਗੱਟੀ ਚੌਕੀ ਨੇੜੇ ਪਿੰਡ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬੀਐਸਐਫ ਪੰਜਾਬ ਫਰੰਟੀਅਰ ਦੇ ਆਈਜੀ ਡਾਕਟਰ ਅਤੁਲ ਫੁਲਜ਼ਲੇ ਨੇ ਸਰਹੱਦ ਦੇ ਨੇੜੇ ਰਹਿੰਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਆਂਢੀ ਮੁਲਕ ਤੋਂ ਜਿਹੜਾ ਨਸ਼ਾ ਤੇ ਹਥਿਆਰ ਸਪਲਾਈ ਹੋ ਰਿਹਾ ਏ, ਉਸ ਨੂੰ ਰੋਕਣ ਲਈ ਬੀਐਸਐਫ ਦੀ ਮਦਦ ਕਰਨ। ਪਿੰਡ ਦੇ ਲੋਕਾਂ ਵੱਲੋਂ ਨੀਮ ਫੌਜੀ ਦਸਤਿਆਂ ਨਾਲ ਸੁਚੱਜਾ ਤਾਲਮੇਲ ਕਰਨ ਵਾਲੇ ਪਿੰਡ ਵਾਸੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। यहाँ हमने एक किसान मीटिंग रखी थी, जो इस मीटिंग में जो बॉर्डर विलेज में रहने वाले जो लोग हैं, जो विलेज डिफेंस कमेटी के जो मेंबर्स हैं और जो सरपंच, प्रधान और लोकल सेल्फ गवर्नमेंट के अन्य पदाधिकारी है, वो सारे आए थे और इनसे हमने इंटरेक्शन किया। ये हमने उनसे अपील की है कि जो ट्रांस बॉर्डर क्राइम है, जो पड़ोसी मुल्क से जो नशे के पदार्थ आ रहे हैं, जो वेपन्स आ रहे हैं, जो असला आ रहा है, जो एक्सप्लोजिव आ रहा है, उनको रोकने के लिए उनको उनकी मदद की बहुत ज़रूरी है। आजकल क्योंकि जो अमली पदार्थ है, जो नारकोटिक्स है और जो वेपन्स है, वो ड्रोन के द्वारा जो है वो काफ़ी अंदर आके, सीमा के अंदर आके गाँव में, खेत में ड्रॉप होते हैं। तो जब तक ਬਾਅਦ ਵਿੱਚ ਆਈ ਜੀ ਬੀ ਐਸ ਐਫ ਨੇ ਬੀ ਓ ਪੀ ਰਾਜਾ ਮੌਤਮ ਦਾ ਦੌਰਾ ਕੀਤਾ। ਉਹਨਾਂ ਸ਼ਹੀਦਾਂ ਨੂੰ ਨਮਨ ਕਰਦਿਆਂ ਸਮਾਧੀ ਸਥਲ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ। ਇਸ ਦੌਰਾਨ ਪਿੰਡ ਦੇ ਕਿਸਾਨ ਬੀ ਐਸ ਐਫ ਦੇ ਕੰਮਾਂ ਤੋਂ ਕਾਫ਼ੀ ਖੁਸ਼ ਨਜ਼ਰ ਆਏ। ਉਹਨਾਂ ਦੱਸਿਆ ਕਿ ਬੀ ਐਸ ਐਫ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਕਿੱਟਾਂ ਦਿੱਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਨੀਮ ਫੌਜੀ ਬਲਾਂ ਤੇ ਫੌਜ ਵਿੱਚ ਭਰਤੀ ਹੋਣ ਲਈ ਮੁੱਢਲੀ ਸਿਖਲਾਈ ਵੀ ਮੁਫ਼ਤ ਦਿੱਤੀ ਜਾਂਦੀ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਨੂੰ ਬਹੁਤ ਦੱਸੀਆਂ ਨੇ ਜਾਗਰੂਕਤਾ ਵਾਸਤੇ ਗੱਲਾਂ, ਅਤੇ ਸਾਡੇ ਔਰ ਵੀ ਕੰਪਨੀ ਕਮਾਂਡਰ ਸਾਹਿਬ ਨੇ ਕਈ ਵਾਰ ਆਉਂਦੀ ਰਹਿੰਦੀ ਮੀਟਿੰਗ ਜੀ, ਸਾਨੂੰ ਬਹੁਤ ਸਹਿਯੋਗ ਦਿੰਦੇ ਨੇ ਬੀ ਐਸ ਐਫ ਵਾਲੇ, ਅਸੀਂ ਇਹਨਾਂ ਨੂੰ ਦੇਈਦਾ ਜੀ। ਜਿਹੜੇ ਬੀ ਐਸ ਐਫ ਨੇ ਅੱਜ ਗੱਟੀ ਯਾਦਕੇ ਵਿੱਚ ਕੈਂਪ ਲਾਇਆ, ਬਹੁਤ ਵਧੀਆ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ। ਲੋੜ ਪੈਣ 'ਤੇ ਪਿੰਡ ਦੇ ਲੋਕਾਂ ਨੂੰ ਵੱਖ ਵੱਖ ਸਹੂਲਤਾਂ ਪ੍ਰਦਾਨ ਕਰਦੇ ਨੇ। ਬੀ ਐਸ ਐਫ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੋ ਬੀ ਐਸ ਐਫ ਦੇ ਕੋਈ ਵੀ ਮਸਲਾ ਹੁੰਦਾ ਹੈ ਨਾ, ਸਾਨੂੰ ਅੱਛੀ ਤਰ੍ਹਾਂ ਮਤਲਬ ਬਹੁਤ ਵਧੀਆ ਸਾਡਾ ਸੰਯੋਗ ਦਿੰਦੇ ਨੇ ਸਾਡੇ ਨਾਲ, ਅਤੇ ਤਰ੍ਹਾਂ ਤਰ੍ਹਾਂ ਦੇ ਹਰ ਸਾਲ ਦੇ ਵਿੱਚ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਬੱਚਿਆਂ ਨੂੰ ਕਈ ਵਾਰ ਕਿਤਾਬਾਂ ਦਿੰਦੇ ਨੇ, ਕਈ ਵਾਰ ਕੋਈ ਮਤਲਬ ਵੀ ਅੱਛੀ ਟ੍ਰੇਨਿੰਗ ਦੇਣ ਵਾਸਤੇ ਅੱਛੀ ਟ੍ਰੇਨਿੰਗ ਦਿੰਦੇ ਨੇ ਵੀ ਬੱਚੇ ਜਿਹੜੇ ਨੇ ਨਸ਼ਿਆਂ ਤੋਂ ਬਾਹਰ ਨਿਕਲ ਕੇ। ਇਸ ਮੌਕੇ ਪਿੰਡ ਦੇ ਸਰਪੰਚ ਨੇ ਬੀ ਐਸ ਐਫ ਦੇ ਆਈ ਜੀ ਦਾ ਇੱਥੇ ਆ ਕੇ ਆਮ ਲੋਕਾਂ ਦੇ ਦਿਲ ਦੀ ਗੱਲ ਸੁਣਨ ਲਈ ਧੰਨਵਾਦ ਕੀਤਾ। ਸਾਡਾ ਪਿੰਡਾਂ ਦਾ ਦੇਸ਼ ਦੀ ਸੁਰੱਖਿਆ ਵਾਸਤੇ ਔਰ ਨਾਲ ਦੀ ਪਿੰਡਾਂ ਦੀ ਦੇਖਭਾਲ ਵਾਸਤੇ ਬਹੁਤ ਸਾਰਾ ਸਹਿਯੋਗ ਦੇ ਰਹੇ ਨੇ, ਔਰ ਨਾਲ ਹੀ ਖੇਡਾਂ ਦਾ ਸਮਾਨ ਔਰ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਖੇਡਾਂ ਦਾ ਸਮਾਨ ਦੇ ਰਹੇ ਨੇ, ਔਰ ਕੋਈ ਵੀ ਰਲ ਮਿਲ ਕੇ ਸਾਡਾ ਪੂਰਾ ਸਾਥ ਦੇ ਰਹੇ ਨੇ।